हेलो स्टूडेंट्स टुडे वी विल डू लेसन नंबर 5 मदर्स डे दिस चैप्टर इज रिटन बाय जेबी प्रेस्कली फर्स्टली वी विल डिस्कस द कैरेक्टर्स देयर आर फाइव कैरेक्टर्स इन दिस प्ले फर्स्ट कैरेक्टर इज मिसेस एनी पियर्सन कौन है मदर है हो देन सेकंड इज जॉर्ज पियर्सन फादर ने यानी हस्बैंड ऑफ एनी पियर्सन ਦੋਨੋ ਹਸਬੰਡ ਵਾਈਫਸ ਚੈਪਟਰ ਪਲੇ ਦੇ ਵਿੱਚ ਦਿਖਾਏ ਗਏ ਨੇ then doris pearson ਤੇ cyril ਠੀਕ ਹੈ doris ਸ ਹੈ ਜੋ ਉਹਨਾਂ ਦੀ ਬੇਟੀ ਹੈ ਔਰ son ਕੌਣ ਹੈ cyril ਹੈ ਯਾਨੀ ਦੋਨੋਂ ਬ੍ਰਦਰ ਸਿਸਟਰਸ ਨੇ ਫੋਰ ਮੈਂਬਰਸ ਫੈਮਿਲੀ ਦੇ ਨੇ then ਉਸ ਤੋਂ ਬਾਅਦ ਮਿਸਿਸ ਵਿਜ਼ਰਲ ਦਾ ਕੈਰੈਕਟਰ ਹੈ ਠੀਕ ਹੈ ਉਹਦੇ ਮਿਸਿਸ ਵਿਜ਼ਰਲ ਕੌਣ ਹੈ ਨੇਬਰ ਆਰ ਫਰੈਂਡ ਆਫ ਐਨੀ ਪੀਅਰਸਨ ਦੀ ਫਰੈਂਡ ਠੀਕ ਹੈ ਬੇਟਾ ਜੀ ਹਾਂਜੀ ਚੈਪਟਰ ਦੀ ਸਟਾਰਟਿੰਗ ਹੈ ਜੋ ਕਿਸ ਤਰ੍ਹਾਂ ਹੁੰਦੀ ਹੈ ਕਿ ਦੋਨੋਂ ਲੇਡੀਜ਼ ਨੇ ਐਨੀ ਪੀਅਰਸਨ ਔਰ ਮਿਸੈਸ ਫਿਜ਼ਰਲ ਦੋਨੋਂ ਕੈਰੈਕਟਰਸ ਅਸੀਂ ਦੇਖ ਸਕਦੇ ਆ ਇਸ ਪਿਕਚਰ ਦੇ ਵਿੱਚ ਇਹ ਆ ਮਿਸੈਸ ਫਿਜ਼ਰਲ ਬਹੁਤ ਹੀ क्रूअल ਟਾਈਪ ਆਫ ਲੇਡੀ ਹੈ ਠੀਕ ਹੈ ਸਟਰੋਂਗ ਕੈਰੈਕਟਰ ਹੈ ਐਂਡ ਥਿਸ ਇਜ਼ ਮਿਸੈਸ ਪੀਅਰਸਨ ਇਹ ਮਿਸੈਸ ਪੀਅਰਸਨ ਹੈ ਔਰ ਜੋ ਹੀ ਜੋ ਕਿ ਬਹੁਤ ਹੀ ਕਾਈਂਡ ਹਰਟਲ ਲੇਡੀ ਹੈ ਘਰ ਦੇ ਵਿੱਚ ਇਹਦੇ ਨਾਲ ਕੀ ਹੁੰਦਾ ਕਿ ਅੱਛਾ ਟਰੀਟ ਨਹੀਂ ਕੀਤਾ ਜਾਂਦਾ ਫੈਮਿਲੀ ਮੈਂਬਰਸ ਵੱਲੋਂ ਹਸਬੰਡ ਨੇ ਬੇਟਾ ਹੈ ਠੀਕ ਹੈ ਔਰ ਬੇਟੀ ਹੈ ਤਿੰਨੋਂ ਕੀ ਨੇ ਆਪਣਾ ਇੰਜੋਏ ਕਰਦੇ ਨੇ ਬਟ ਉਹਨਾਂ ਨੂੰ ਇਹ ਨਹੀਂ ਹੈ ਕਿ ਉਹਨਾਂ ਦੀ ਮਦਰ ਘਰ ਦੇ ਵਿੱਚ ਕਿਸ ਤਰ੍ਹਾਂ ਫੀਲ ਕਰਦੀ ਹੋਏਗੀ ਲੋਨਲੀ ਤਿੰਨੋਂ ਆਪਣਾ ਇੰਜੋਏ ਕਰਦੇ ਨੇ ਠੀਕ ਹੈ ਘੁੰਮਦੇ ਫਿਰਦੇ ਨੇ ਪਾਰਟੀਆਂ ਤੇ ਜਾਂਦੇ ਨੇ ਹਸਬੈਂਡ ਹੈ ਜੋ ਕਲੱਬ ਚ ਜਾਂਦਾ ਸ਼ੌਕੀਨ ਨੇ ਦੈਨ ਮਿਸਿਸ ਪੀਅਰਸਨ ਹੈ ਬਹੁਤ ਹੀ ਬੋਰਿੰਗ ਫੀਲ ਕਰਦੀ ਆਪਣੀ ਫੈਮਿਲੀ ਤੋਂ ਦੈਨ ਸਟਾਰਟਿੰਗ ਦੇ ਵਿੱਚ ਕੀ ਹੈ ਇਸ ਚੈਪਟਰ ਦੇ ਇਹ ਦੋਨੋਂ ਟੀ ਪੀ ਰਹੀਆਂ ਨੇ ਦੈਨ ਫਿਜ਼ਰੈਲਡ ਹੈ ਜੋ ਉਹ ਮਿਸਿਸ ਪੀਅਰਸਨ ਨੂੰ ਕੀ ਕਹਿ ਰਹੀ ਹੈ ਕਿ ਉਹਦੀ ਹੈਲਪ ਕਰੇਗੀ ਉਹਦੀ ਫੈਮਿਲੀ ਮੈਂਬਰਸ ਨੂੰ ਰਾਈਟ ਕਰਨ ਦੇ ਲਈ ਨਾਓ ਲੈਟਸ ਸਟਾਰਟ ਦਾ ਪਲੇ ਦਾ ਪਲੇ ఓਪਨਸ ਇਨ ਦਾ ਲਿਵਿੰਗ ਰੂਮ ਆਫ ਮਿਸਿਸ ਪੀਅਰਸਨ ਜਿਸ ਤਰ੍ਹਾਂ ਆਪਾਂ ਦੇਖਿਆ ਕਿ ਦੋਨੋਂ ਲੇਡੀਜ਼ ਨੇ ਮਿਸਿਸ ਪੀਅਰਸਨ ਦੇ ਲਿਵਿੰਗ ਰੂਮ ਦੇ ਵਿੱਚ ਬੈਠੀਆਂ ਹੋਈਆਂ ਨੇ ਵੀ ਫਾਈਂਡ ਮਿਸਿਸ ਪੀਅਰਸਨ ਐਂਡ ਮਿਸਿਸ ਫਿਜ਼ਰਲ ਪਲੇਇੰਗ ਕਾਰਡਸ ਐਟ ਦਾ ਟੇਬਲ ਅਸੀਂ ਦੇਖਦੇ ਹਾਂ ਕਿ ਚੈਪਟਰ ਦੇ ਵਿੱਚ ਸਟਾਰਟਿੰਗ ਦੇ ਵਿੱਚ ਦੋਨੋਂ ਜਾਨੇ ਕਾਰਡਸ ਖੇਡ ਰਹੇ ਨੇ ਤਾਸ਼ ਖੇਡ ਰਹੀਆਂ ਨੇ Mrs. Fitzgerald is a friend and neighbour of Mrs. Pearson. Mrs. Fitzgerald is a neighbour or friend of Mrs. Pearson. दी. She is a woman of strong character. Mrs. Fitzgerald is a very strong character. She is smoking. She is smoking. While talking to Mrs. Pearson, she comes to know that the husband and children of Mrs. Pearson did don't treat her well. ਜਦੋਂ ਦੋਨੋਂ ਜਾਨੇ ਆਪਸ ਵਿੱਚ ਗੱਲ ਕਰ ਰਹੀਆਂ ਹੁੰਦੀਆਂ ਨੇ ਦੈਨ ਮਿਸੈਸ ਫਿਜ਼ਰੈਲਡ ਨੂੰ ਕੀ ਪਤਾ ਚੱਲਦਾ ਏ ਕਿ ਉਹਦਾ ਹਸਬੰਡ ਬੱਚੇ ਨੇ ਮਿਸੈਸ ਪੀਅਰਸਨ ਦੇ ਜੋ ਉਹਦੇ ਨਾਲ ਅੱਛਾ ਟਰੀਟ ਨਹੀਂ ਕਰਦੇ ਸ਼ੀ ਐਡਵਾਈਸਸ ਮਿਸੈਸ ਪੀਅਰਸਨ ਟੂ ਬੀ ਦਾ ਬੌਸ ਆਫ ਹਰ ਫੈਮਿਲੀ ਔਰ ਮਿਸੈਸ ਫਿਜ਼ਰੈਲਡਾ ਜੋ ਐਡਵਾਈਸ ਦਿੰਦੀ ਹੈ ਮਿਸੈਸ ਪੀਅਰਸਨ ਨੂੰ ਕਿ ਉਹ ਨੂੰ ਘਰ ਦੀ ਮਾਲਕਿਨ ਬਣ ਕੇ ਰਹਿਣਾ ਚਾਹੀਦਾ ਹੈ ਨਾ ਕਿ ਇੱਕ ਸਰਵੈਂਟ ਬਣ ਕੇ ਰਹਿਣਾ ਚਾਹੀਦਾ ਹੈ ਬਟ ਮਿਸਿਸ ਪੀਅਰਸਨ ਇਸ ਟੂ ਟਿਮਿਡ ਐਂਡ ਜੈਂਟਲ ਟੂ ਡੂ ਥੈਟ ਬਟ ਮਿਸਿਸ ਪੀਅਰਸਨ ਹੈ ਜਿਹੜੀ ਬਹੁਤ ਦਰਪੋਕ ਕਾਈਂਡ ਆਫ ਲੇਡੀ ਹੈ ਠੀਕ ਹੈ ਬਹੁਤ ਹੀ ਜੈਂਟਲ ਲੇਡੀ ਹੈ ਕਾਮ ਟਾਈਪ ਆਫ ਲੇਡੀ ਹੈ ਸੋ ਮਿਸਿਸ ਫਿਜ਼ਰੈਲਡ ਆਫਰ ਟੂ ਹੈਲਪ ਹਰ ਇਨ ਸੈਟਿੰਗ ਹਰ ਫੈਮਿਲੀ ਰਾਈਟ ਔਰ ਮਿਸਿਸ ਫਿਜ਼ਰੈਲਡ ਹੈ ਜੋ ਨੂੰ ਆਫਰ ਕਰਦੀ ਹੈ ਕਿ ਮੈਂ ਤੇਰੀ ਹੈਲਪ ਕਰੂੰਗੀ ਤੇਰੀ ਫੈਮਿਲੀ ਨੂੰ ਸਹੀ ਕਰਨ ਦੇ ਲਈ ਆਫਟਰ ਅ ਗ੍ਰੇਟ ਡੀਲ ਆਫ ਹੈਜ਼ਿਟੇਸ਼ਨ ਮਿਸਿਸ ਪੀਅਰਸਨ ਐਗਰੀਜ਼ ਟੂ ਇਟ ਠੀਕ ਹੈ ਥੋੜਾ ਹੈਜ਼ਿਟੇਟ ਕਰਦੇ ਹੋਏ ਮਿਸਿਸ ਪੀਅਰਸਨ ਆ ਬਾਅਦ ਵਿੱਚ ਉਹ ਐਗਰੀ ਹੋ ਜਾਂਦੀ ਹੈ ਕਿ ਠੀਕ ਹੈ ਮੇਰੀ ਫੈਮਿਲੀ ਨੂੰ ਮਿਸਿਸ ਫਿਜ਼ਰਾਲਡਾ ਜੋ ਦੋਨੋਂ ਜਾਣੇ ਮਿਲ ਕੇ ਸਹੀ ਕਰਨਗੇ ਮਿਸਿਸ ਫਿਜ਼ਰਾਲਡ ਹੈਜ਼ ਲਿਵਡ 12 ইয়ার্স ਇਨ দা ইস্ট ਮਿਸਿਸ ਫਿਜ਼ਰਾਲਡਾ ਜੋ 12 ইয়ার ইস্ট ਦੇ ਵਿੱਚ ਰਹਿ ਕੇ ਆਈ ਹੁੰਦੀ ਹੈ ਠੀਕ ਹੈ ਪੂਰਬੀ ਦੇਸ਼ਾਂ ਦੇ ਵਿੱਚੋਂ ਰਹਿ ਕੇ ਆਈ ਹੁੰਦੀ ਹੈ ਸ਼ੀ ਹੈਜ਼ ਲਰਨ ਸਮ ম্যাজিক देयर ਉਨੇ ਉੱਥੋਂ ਕੁਝ ম্যাজਿਕ ਸਿੱਖਿਆ ਹੁੰਦਾ ਬਾਏ ਯੂজিং ਇਟ ਸ਼ੀ ਕੁਡ ਐਕਸਚੇਂਜ ਹਰ ਪਰਸਨੈਲਿਟੀ ਵਿਦ दैट ਆਫ ਐਨੀ ਅਦਰ ਪਰਸਨ ਦੈਨ ਉਹ ম্যাজਿਕ ਯੂਜ਼ ਕਰਨ ਦੇ ਨਾਲ ਕੀ ਕਰ ਸਕਦੀ ਹੈ ਪਰਸਨੈਲਿਟੀਆਂ ਨੂੰ ਚੇਂਜ ਕਰ ਸਕਦੀ ਹੈ ਠੀਕ ਹੈ ਯਾਨੀ ਕਿ ਫਿਜ਼ੀਕਲ ਅਪੀਅਰੈਂਸ ਹੈ ਜਿਹੜੀ ਉਹ ਇੱਕ ਪਰਸਨ ਦੀ ਦੂਸਰੇ ਪਰਸਨ ਨਾਲ ਐਕਸਚੇਂਜ ਕਰ ਸਕਦੀ ਹੈ ਸ਼ੀ ਟੈਲਸ ਹਰ ਪਲਾਨ ਟੂ ਮਿਸਸ ਪੀਅਰਸਨ और मिसिस फिजैल्ड जो टीयर्स सॉरी मिसिज पीयरसन अपना प्लान दस दी है शी सेज़ दैट बाई हर मैजिक ट्रिक्स शी विल एक्सचेंज हर परसनैलिटी विद दैट ऑफ मिसिज पियर्सन और वो की कहती है कि मैं अपने मैजिक ट्रिक्स के नसनैलिटी है जी अपनी चेंज कर लवागी यानी कि मिसिज फिजैल्ड जो पियर्सन बन जाएगी जो पियर्सन है मिसिज फिजैल्ड बन जाएगी दैन शी विल स्टे एट मिसिज पीयरसनस हाउस फॉर अ कपल ऑफ हार्स एंड सेट द पियर्सन फैमिली राइट ਅਨ ਦਨ ਫਿਰ ਕੀ ਹੁੰਦਾ ਹੈ ਮਿਸਿਸ ਫਿਜ਼ਰਾਲਡਾ ਜੋ ਕੁਝ ਘੰਟੇ ਉਹਨਾਂ ਦੇ ਘਰ ਰਹਿੰਦੀ ਹੈ ਤੇ ਸੈਟ ਦਾ ਪਰਸਨ ਫੈਮਲੀ ਰਾਈਟ ਤੇ ਪਰਸਨ ਫੈਮਲੀ ਆ ਜਿਹੜੀ ਪਰਸਨ ਫੈਮਲੀ ਹੈ ਉਹਨੂੰ ਸਹੀ ਕਰਦੀ ਹੈ ਮਿਸਿਸ ਫਿਜ਼ਰਾਲ ਅਟਰਸ ਹਰ ম্যাਜਿਕ ਵਰਡਸ ਮਿਸਿਸ ਫਿਜ਼ਰਾਲਡਾ ਜੋ ਆਪਣੇ ম্যাਜਿਕ ਵਰਡਸ ਕੁਝ ਬੋਲਦੀ ਹੈ देयर इज ਅ ਵੰਡਰਫੁਲ ਚੇਂਜ ਠੀਕ ਹੈ ਦੋਨਾਂ ਦੇ ਵਿੱਚ ਬਹੁਤ ਚੇਂਜ ਆ ਜਾਂਦਾ ਹੈ by her face and appearance mrs fizald now looks like mrs pearson mrs fizald da jadi by face aur appearance oh pearson dikhdi hai and mrs pearson looks like mrs fizald that mrs pearson ajo fizald di tarah dikhai dandi hai in that changed appearance the real mrs P pearson goes to mrs fizald house jadon ohna di appearance change ho jandi hai ta mrs pearson da jadi oh fizald de ghar chale jandi hai does it is mrs fisdall who says in mrs pearson's house te sorry stays theek hai mrs fisdall jo mrs pearson de ghar ruk jandi hai when mrs pearson's husband and children come in, they take mrs fisdall from mrs pearson but jadon de husband pearson de any pearson de husband ne aur bacche wapas kar aande ne apne kam to they take mrs fizarald for mrs pearson aur wo mrs fizaraldo mrs pearson hi samajhde ne apni mother hi samajhde ne then unna di appearance change hon karke obvious hai wo mrs fizarald nu pearson hi samj samjenge theek hai kyunki unhone appearance apni look hi change kar li hai the first to come back home is doris then sab to pehla ki hunda hai next day doris jo wapas apne ghar aandi hai she is mrs pearson's daughter pearson di daughter hai ਸ਼ੀ ਹੈਸ ਕਮ ਹੋਮ ਫਰਮ ਆਫਿਸ ਉਹ ਆਫਿਸ ਤੋਂ ਵਾਪਸ ਆਈ ਹੈ ਸ਼ੀ ਇਜ਼ ਸਰਪ੍ਰਾਈਜ਼ਡ ਟੂ ਸੀ ਹਰ ਮਦਰ ਸਮੋਕਿੰਗ ਐਂਡ ਬਲੋਇੰਗ ਆਊਟ ਪਫਸ ਆਫ ਸਮੋਕ ਬਹੁਤ ਹੈਰਾਨ ਹੋ ਜਾਂਦੀ ਹੈ ਡੋਰਿਸ ਆ ਜੋ ਕਿ ਉਹਦੀ ਮਦਰ ਸਮੋਕਿੰਗ ਕਰ ਰਹੇ ਨੇ ਐਂਡ ਬਲੋਇੰਗ ਆਊਟ ਪਫਸ ਆਫ ਸਮੋਕ ਕਿਸ ਤਰ੍ਹਾਂ ਸਮੋਕ ਛੋੜ ਰਹੇ ਨੇ ਸ਼ੀ ਹੈਸ ਨੇਵਰ ਸੀਨ ਹਰ ਮਦਰ ਡੂਇੰਗ ਥੈਟ ਬਿਫੋਰ ਉਹਨੇ ਕਦੀ ਵੀ ਆਪਣੇ ਮਦਰ ਨੂੰ ਇਸ ਤਰ੍ਹਾਂ ਕਰਦੇ ਨਹੀਂ ਦੇਖਿਆ when she questions her mother about it but jadon apni mother nu question puchdi hai mrs pearson jo fitzgerald hai ਸਨਾਬਜ਼ਰ ਉਹਨੂੰ ਡਾਂਟ ਦਿੰਦੀ ਹੈ ਸੇਇੰਗ ਦੈਟ देयर इज नो ਲਾਅ ਅਗੇਂਸਟ ਇਟ ਤੇ ਕੀ ਕਹਿੰਦੀ ਹੈ ਕਿ ਦੇ ਅਗੇਂਸਟ ਕੋਈ ਲਾਅ ਤਾਂ ਬਣਿਆ ਨਹੀਂ ਮੈਨੂੰ ਕੋਈ ਨਹੀਂ ਰੋਕ ਸਕਦਾ ਮੈਂ ਚਾਹੇ ਸਮੋਕ ਕਰਾਂ ਚਾਹੇ ਕੁਝ ਵੀ ਕਰਾਂ ਡੋਰਿਸ ਆਸਕ ਮਦਰ ਫਾਰ ਟੀ ਡੋਰਿਸ ਮਦਰ ਤੋਂ ਆਪਣੀ ਤੋਂ ਟੀ ਮੰਗਦੀ ਹੈ ਐਟ ਦਿਸ ਮਦਰ ਟੈਲਸ ਹਰ ਟੂ ਮੇਕ ਟੀ ਫਾਰ ਹਰਸੈਲਫ ਫਿਰ ਉਹਦੀ ਮਦਰ ਕੀ ਕਹਿੰਦੀ ਹੈ ਕਿ ਉਹ ਖੁਦ ਚਾਹ ਬਣਾ ਲਵੇ ਠੀਕ ਹੈ ਖੁਦ ਟੀ ਬਣਾਵੇ ਇਫ ਸ਼ੀ ਵਾਂਟਸ ਇਟ ਅਗਰ ਉਹਨੂੰ ਚਾਹੀਦੀ ਹੈ ਅਗਰ ਜ਼ਰੂਰਤ ਹੈ ਖੁਦ ਬਣਾ ਸਕਦੀ ਹੈ Doris can't understand why her mother is behaving so strangely this evening. Doris nu samajh nahi aunda ki ohri mother hai, jo kis tarah behave ke, kar rahi hai this evening. Theek hai? Ke pehle to mother ne mere ne edda nahi kita behave. Then Doris asks asks her mother if she has iron her yellow silk. Fir Doris da jo apne mother nu no, puchh di hai ki ohde mother ne ohdi yellow dress jo oh iron kiti hai, press kiti hai. She says she has no ਟੂ ਵੇਅਰ ਇਟ ਇਨ ਦਾ ਈਵਨਿੰਗ ਉਹ ਕੀ ਕਹਿੰਦੀ ਆ ਡੋਰਿਸ ਕਿਉਂ ਨੇ ਇਸ ਈਵਨਿੰਗ ਉਹ ਵਾਲੀ ਡਰੈਸ ਸੀ ਜੋ ਪਹਿਨਣੀ ਸੀ ਕਿਉਂ ਪਾਣੀ ਸੀ ਸੈਂਸ ਸ਼ੀ ਵਾਂਟ ਟੂ ਗੋ ਆਊਟ ਵਿਦ ਹਰ ਬாய்ਫ੍ਰੈਂਡ ਚਾਰਲੀ ਸਪੈਂਸ ਕਿਉਂਕਿ ਆਪਣੇ ਬாய்ਫ੍ਰੈਂਡ ਦੇ ਨਾਲ ਜਾਣਾ ਸੀ ਉਹਨੇ ਜਿਹਦਾ ਨਾਮ ਕੀ ਹੈ ਚਾਰਲੇ ਸਪੈਂਸ ਮਿਸਸ ਪੀਅਰਸਨ ਟੈਲਸ ਹਰ ਬਲੰਡਲੀ ਟੂ ਡੂ ਦਾ ਆਇਰਨਿੰਗ ਹਰ ਸੈਲਫ ਮਿਸਸ ਪੀਅਰਸਨ ਹੈ ਜਿਹੜੀ ਬਹੁਤ ਹੀ ਰੁੱਖੇਪਨ ਦੇ ਨਾਲ ਠੀਕ ਹੈ ਕੀ ਕਹਿੰਦੇ ਆ ਕਿ ਖੁਦ ਆਇਰਨ ਕਰ ਲਓ ਤੁਸੀਂ ਆਪਣੀ ਡਰੈਸ She also mocks her Dorix boy, Doris boyfriend Charles Spence or Doris the boyfriend da mazak udan di hai Mrs Pearson jo ke asal vich kaun hai Mrs Fitzgerald She calls him half-witted aur onu ki kundi hai and buck teeth Half-witted means mand buddhi wala te buck teeth yani ke uche danda wala kundi hai Doris can't tolerate all this Doris e bardasht nahi kar paundi and she runs out in tears te ronde hoye bahar chale jandi hai ਨਾਓ ਸਾਇਰਲ ਕਮਜ਼ ਇਨ ਫਿਰ ਕੀ ਹੁੰਦਾ ਸਾਇਰਲ ਆ ਜਾਂਦਾ ਉਹਦਾ ਬੇਟਾ ਇਹ ਜੋ ਹਿਸ ਮਿਸਿਸ ਪੀਅਰਸਨ ਸਨ ਹੀ ਹੈਸ ਕਮ ਬੈਕ ਫਰਮ ਵਰਕ ਆਪਣੇ ਵਰਕ ਤੋਂ ਵਾਪਸ ਘਰ ਆਇਆ ਹੈ ਸ਼ੀ ਫੀਲਸ ਅਨੋਇਡ ਟੂ ਫਾਈਂਡ ਥੈਟ ਮਦਰ ਹੈਸ ਪ੍ਰਿਪੇਅਰ ਨੋ ਟੀ ਫॉर ਹਿਮ ਉਹਨੂੰ ਬਹੁਤ ਗੁੱਸਾ ਆਉਂਦਾ ਜਦੋਂ ਉਹਨੂੰ ਪਤਾ ਚੱਲਦਾ ਕਿ ਉਹਦੀ ਮਦਰ ਨੇ ਉਹਦੇ ਲਈ ਟੀ ਨਹੀਂ ਬਣਾਈ ਹੈ ਹੀ ਆਸਕਸ ਮਦਰ ਇਫ ਹਿਸ ਸ਼ਰਟ ਹੈਸ ਬੀਨ ਮੈਂਡਡ ਆਪਣੇ ਮਦਰ ਨੂੰ ਪੁੱਛਦਾ ਕਿ ਉਹਦੀ ਸ਼ਰਟ ਹੈ ਜੋ ਠੀਕ ਕਰਤੀ ਹੈ ਮਦਰ ਨੇ Mrs Pearson replied sharply that she does not like mending. aur Mrs Pearson bahut hi sharply bolde ne theek hai ki kende ne ke mainu pasand nahi hai kam mending karna theek hai sahi karna kise kapde nu Cyril wonders what has happened to his mother. Cyril haran ho janda ki odi mother nu ki ho gaya. Mrs Pearson says that they all work for fixed hours in their offices. Mrs Pearson ki keh rahi hai ke oh full time work karde ne apne office de vich theek hai. ਦੇ ਹੈਵ 2 ਡੇਸ ਆਫ ਇਨ ਅ ਵੀਕ ਕਹਿੰਦੇ ਤੁਹਾਨੂੰ 2 ਦਿਨ ਹਫਤੇ ਦੇ ਵਿੱਚ ਫ੍ਰੀ ਮਿਲਦੇ ਨੇ ਦੇ ਹੈਵ ਯੂਨੀਅਨਸ ਟੂ ਲੁੱਕ ਆਫਟਰ देयर ਇੰਟਰਸਟ ਤੁਹਾਡੀਆਂ ਆਪਣੀਆਂ ਯੂਨੀਅਨਸ ਨੇ ਤੁਹਾਡੇ ਇੰਟਰਸਟ ਨੂੰ ਦੇਖਣ ਦੇ ਲਈ ਮਿਸਿਸ ਪੀਅਰਸਨ ਸੇਜ਼ ਥੈਟ ਨਾਓ ਸ਼ੀ ਟੂ ਹੈਜ਼ ਜੁਆਇਨ ਦਿਸ ਮੂਵਮੈਂਟ ਔਰ ਮਿਸਿਸ ਪੀਅਰਸਨ ਕੀ ਕਹਿੰਦੀ ਹੈ ਕਿ ਉਹ ਵੀ ਇਸ ਮੂਵਮੈਂਟ ਨੂੰ ਹੁਣ ਜੁਆਇਨ ਕਰ ਲੇਗੀ ਉਹ ਵੀ ਇਦਾਂ ਹੀ ਕਰਿਆ ਕਰੇਗੀ ਉਹਦੇ ਉਹਨੂੰ ਵੀ ਵੀਕ ਦੇ ਵਿੱਚ ਆਫ ਚਾਹੀਦਾ ਹੈ ਸ਼ੀ ਸੇਜ਼ ਥੈਟ ਹੈਂਸ ਫੋਰ ਸ਼ੀ ਊਡ ਵਰਕ ਫੋਰ ਫਿਕਸ ਆਰਸ ਅ ਡੇ ਔਰ ਕੀ ਕਹਿੰਦੀ ਹੈ ਮਿਸਿਸ ਪੀਅਰਸਨ ਜੋ ਫਿਜ਼ਾਇਲ ਬਣੀ ਹੋਈ ਹੈ ਕਹਿੰਦੀ ਨੈਕਸਟ ਟਾਈਮ ਤੋਂ ਸ਼ੀ ਊਡ ਵਰਕ ਫॉर ਫਿਕਸਡ ਹਾਰ ਡੇ ਉਹ ਵੀ ਫਿਕਸਡ ਹਾਰ ਕੰਮ ਕਰਿਆ ਕਰੇਗੀ ਐਂਡ ਵਿਲ ਆਲਸੋ ਹੈਵ ਆਫ ਡੇਸ ਇਨ ਅ ਵੀਕ ਤੇ ਉਹ ਵੀ ਆਫ ਡੇਸ ਲਿਆ ਕਰੇਗੀ ਵੀਕ ਦੇ ਵਿੱਚ ਸ਼ੀ ਸੇਜ਼ ਦੈਟ ਸ਼ੀ ਕੁਡ ਡੂ ਅ ਲिटल ਬਿਟ ਆਫ ਕੁਕਿੰਗ ਔਨ ਹਰ ਆਫ ਡੇਸ ਇਫ ਸ਼ੀ ਵਾਸ ਰਿਕਵੈਸਟਿਡ ਫਾਰ ਦੈਟ ਕਹਿੰਦੀ ਉਹ ਆਫ ਡੇਸ ਦੇ ਵਿੱਚ ਤਾਂ ਹੀ ਕੁਕਿੰਗ ਕਰਿਆ ਕਰੇਗੀ ਥੋੜੀ ਬਹੁਤ अगर ऑन रिक्वेस्ट ਕੀਤੀ ਜਾਇਆ ਕਰੇਗੀ ਡੋਰਸ ਅਗੇਨ ਕਮਜ਼ ਇਨ ਡੋਰਸ ਫੇਰ ਆ ਜਾਂਦੀ ਹੈ ਦੁਬਾਰਾ ਠੀਕ ਹੈ ਰੋਂਦੇ ਹੋਏ ਜਦੋਂ ਵਾਪਸ ਗਈ ਸੀਗੀ ਫਿਰ ਦੁਬਾਰਾ ਆਂਦੀ ਹੈ ਸ਼ੀ ਇਜ਼ ਇਨ ਦਾ ਪ੍ਰੋਸੈਸ ਆਫ ਡਰੈਸਿੰਗ ਪ੍ਰੋਸੈਸ ਆਫ ਡਰੈਸਿੰਗ ਦੇ ਵਿੱਚ ਹੈ ਠੀਕ ਹੈ ਯਾਨੀ ਡਰੈਸਿੰਗ ਕਰ ਰਹੀ ਹੈ ਆਪਣੀ ਯੂਨੀਫਾਰਮ ਟਰਾਈ ਕਰ ਰਹੀ ਹੈ ਸ਼ੀ ਲੁక్స్ ਪੇਲ ਐਂਡ ਰੈਡ ਆਇਟ ਪੇਲ ਦਿਖਾਈ ਦੇ ਰਹੀ ਹੈ ਉਹਦੀ ਆਇਜ਼ ਰੈਡ ਨੇ ਗੁੱਸੇ ਦੇ ਨਾਲ ਲਾਲ ਹੋਈਆਂ ਪਈਆਂ ਨੇ ਮਦਰ ਰੈਡਿਕਲਸ ਹਰ ਸੇਇੰਗ ਯੂ ਲੁੱਕ ਟੈਰੀਬਲ ਚਾਰਲੀ ਵੋਂਟ ਲਾਈਕ ਦੈਟ ਫੇਸ ਆਫ ਯੋਰਸ ਡੋਰਿਸ ਬਿਕਨਸ ਟੂ ਕ੍ਰਾਈ ਮਦਰ ਮਜ਼ਾਕ ਕਰਦੇ ਹੋਏ ਕੀ ਕਹਿੰਦੇ ਨੇ ਡੋਰਿਸ ਨੂੰ ਯਾਨੀ ਕਿ ਜੋ ਫਿਜ਼ਰੈਲਡ ਹੈ ਠੀਕ ਹੈ ਮਦਰ ਬਣੀ ਹੋਈ ਹੈ ਉਹਨਾਂ ਦੀ ਕਹਿੰਦੇ ਤੂੰ ਕਿੰਨੀ ਭਿਆਨਕ ਲੱਗ ਰਹੀ ਹੈ ਕਿੰਨੀ ਟੈਰੀਬਲ ਲੱਗ ਰਹੀ ਹੈ ਚਾਰਲੀ ਨੂੰ ਤੇਰਾ ਫੇਸ ਬਿਲਕੁਲ ਵੀ ਪਸੰਦ ਨਹੀਂ ਆਣਾ ਦੈਨ ਡੋਰਿਸ ਆ ਜੋ ਰੋਂਦੇ ਹੋਏ ਚਲ ਰੋਣਾ ਸਟਾਰਟ ਕਰ ਦਿੰਦੀ ਹੈ ਨੈਕਸਟ ਇਨ ਦ ਮੀਨ ਟਾਈਮ ਜਾਰਜ ਪੀਅਰਸਨ ਕਮਸ ਇਨ ਉਸੇ ਟਾਈਮ ਕੀ ਹੁੰਦਾ জর্জ ਪੀਅਰਸਨ ਯਾਨੀ ਕਿ ਉਹਦੇ ਹਸਬੈਂਡ ਆ ਜਾਂਦੇ ਨੇ ਹੀ ਇਜ਼ ਮਿਸਸ ਪੀਅਰਸਨਸ ਹਸਬੈਂਡ ਹੀ ਇਜ਼ ਹੈਵੀ ਐਂਡ ਸਲੋ ਮੂਵਿੰਗ ਪਰਸਨ ਬਹੁਤੀ ਹੈਵੀ ਪਰਸਨ ਹੈ ਸਲੋ ਮੂਵਿੰਗ ਪਰਸਨ ਹੈ ਹੀ ਸੇਜ਼ ਥੈਟ ਹੀ ਵੌਂਟ ਬੀ ਹੈਵਿੰਗ ਟੀ ਬਿਕਾਜ਼ ਥੇਅਰ ਇਜ਼ ਅ ਸਪੈਸ਼ਲ ਪਾਰਟੀ ਐਟ ਦਾ ਕਲੱਬ ਉਹ ਕੀ ਕਹਿੰਦਾ ਹੈ ਕਿ ਅੱਜ ਉਹਨੇ ਚਾਹ ਨਹੀਂ ਪੀਣੀ ਹੈ ਕਿਉਂਕਿ ਅੱਜ ਸਪੈਸ਼ਲ ਪਾਰਟੀ ਹੈ ਕਲੱਬ ਦੇ ਵਿੱਚ ਬਟ ਹੀ ਗੈਟਸ ਐਂਗਰੀ ਵੈਨ ਮਿਸਸ ਪੀਅਰਸਨ ਸੇਜ਼ ਥੈਟ ਸ਼ੀ ਹੈਜ਼ ਨਾਟ ਮੇਡ ਐਨੀ ਟੀ ਬਟ ਉਹਨੂੰ ਗੁੱਸਾ ਬਹੁਤ ਆ ਜਾਂਦਾ জর্জ ਪੀਅਰਸਨ ਨੂੰ ਜਦੋਂ ਉਹਨੂੰ ਪਤਾ ਚੱਲਦਾ ਹੈ ਕਿ ਮਿਸਸਿਸ ਪੀਅਰਸਨ ਨੇ ਉਹਦੇ ਲਈ ਟੀ ਨਹੀਂ ਬਣਾਈ ਹੈ ਮਿਸਸਿਸ ਪੀਅਰਸਨ ਨੇ ਕਹਿ ਦਿੰਦੀ ਹੈ ਕਿ ਮੈਂ ਚਾਹ ਨਹੀਂ ਬਣਾਈ ਹੈ ਮਾਈ ਗੁੱਡਨੈਸ ਸੇਜ਼ ਮਿਸਸਿਸ ਪੀਅਰਸਨ ਮਿਸਸਿਸ ਪੀਅਰਸਨ ਕੀ ਕਹਿ ਰਹੀ ਹੈ ਕਿ ਹੈ ਭਗਵਾਨ ਲੁੱਕ ਐਟ ਦਾ ਮੈਨ ਇਸ ਮੈਨ ਨੂੰ ਦੇਖੋ ਹੀ ਇਜ਼ ਐਂਗਰੀ ਕਿੰਨਾ ਗੁੱਸੇ ਵਿੱਚ ਹੈ ਬਿਕੋਜ਼ ਆਈ हैव नॉट मेड ਟੀ ਫॉर हिम ਕਿਉਂਕਿ ਮੈਂ ਇਹਦੇ ਲਈ ਚਾਹ ਨਹੀਂ ਬਣਾਈ ਹੈ 댓 ਹੀ ਡਸ ਨੋਟ ਈਵਨ ਵਾਂਟ ਜਦਕੇ ਇਹਨੂੰ ਚਾਹੀਦੀ ਵੀ ਨਹੀਂ ਆ ਚਾ ਐਵਰ ਟ੍ਰਾਈਡ ਥੈਟ ਐਟ ਦਾ ਕਲੱਬ ਕਹਿੰਦਾ ਕੀ ਤੁਸੀਂ ਐਵੇਂ ਕਦੀ ਕਲੱਬ ਦੇ ਵਿੱਚ ਟਰਾਈ ਕੀਤਾ ਹੈ ਅਜਿਹੀ ਗੱਲ ਸ਼ੀ ਆਲਸੋ ਟੈਲਸ ਹਿਮ ਹਾਊ ਪੀਪਲ ਐਟ ਦਾ ਕਲੱਬ ਲਾਫ ਐਟ ਹਿਮ ਔਰ ਕੀ ਕਹਿੰਦੀ ਹੈ ਮਿਸਿਸ ਫਜ਼ਰਾਲ ਜੋ ਪੀਅਰਸ ਪੀਅਰਸਨ ਬਣੀ ਹੋਈ ਹੈ ਕੀ ਕਹਿ ਰਹੀ ਹੈ ਕਹਿੰਦੇ ਹਾਊ ਪੀਪਲ ਐਟ ਦਾ ਕਲੱਬ ਲਾਫ ਐਟ ਹਿਮ ਕਿਸ ਤਰ੍ਹਾਂ ਲੋਕ ਕੀ ਤੇਰੇ ਤੇ ਹੱਸਦੇ ਨੇ ਕਲੱਬ ਦੇ ਵਿੱਚ ਐਂਡ ਕਾਲ ਹਿਮ ਪੌਂਪੀਓਂਪੀ ਪੀਅਰਸਨ ਤੇ ਤੁਹਾਨੂੰ ਕੀ ਕਹਿੰਦੇ ਨੇ ਪੌਂਪੀਓਂਪੀ ਪੀਅਰਸਨ ਕਹਿੰਦੇ ਨੇ ਪੰਪੀ ਮੀਨਸ ਬਹੁਤ ਪੜਕੀਲਾ ਪੰਪੀ ਮੀਨਸ ਬਹੁਤ ਹੀ ਮੋਟੀਲਾ ਠੀਕ ਹੈ ਕਹਿੰਦੇ ਤੁਹਾਨੂੰ ਪੜਕੀਲਾ ਮੋਟੂ ਪੀਅਰਸਨ ਬੋਲਦੇ ਨੇ ਕਲੱਬ ਦੇ ਵਿੱਚ ਸਾਰੇ ਜਾਰਜ ਸਾਇਰਲ ਐਂਡ ਡੋਰਿਸ ਕੈਨ ਹਾਰਡਲੀ ਬਿਲੀਵ ਦ ਚੇਂਜ ਦੇ ਫਾਈਂਡ ਇਨ ਮਦਰ ਜਾਰਜ ਸਾਇਰਲ ਐਂਡ ਡੋਰਿਸ ਤਿੰਨੋਂ ਬਿਲੀਵ ਨਹੀਂ ਕਰ ਪਾਉਂਦੇ ਇੰਨਾ ਵੱਡਾ ਚੇਂਜ ਦੇਖ ਕੇ ਆਪਣੀ ਮਦਰ ਦੇ ਵਿੱਚ they have never seen her in such a terrible form unhone kadi bhi apne mother nu inni terrible form de vich nahi dekhya si now they are all scared of her ਹੁਣ ਤਿੰਨੋਂ ਹੀ ਡਰ ਰਹੇ ਸੀ ਆਪਣੀ ਮਦਰ ਤੋਂ ਨਨ ਡੇਅਰਸ ਟੂ ਅਪੋਜ਼ ਹਰ ਇਨ ਐਨੀ ਵੇ ਕੋਈ ਵੀ ਵਿਰੋਧ ਨਹੀਂ ਕਰ ਸਕਦਾ ਸੀਗਾ ਉਸ ਲੇਡੀ ਦਾ ਜੋ ਕਿ ਐਨੇ ਗੁੱਸੇ ਦੇ ਵਿੱਚ ਸੀ ਯਾਨੀ ਕਿ ਫਿਜ਼ਰੈਲ ਜੋ ਪੀਅਰਸਨ ਬਣੀ ਹੋਈ ਸੀ 올 ਦਾ ਥਰੀ ਲੁੱਕ ਲਾਈਕ ਫਰਾਈਟਨ ਕੈਟਸ ਤਿੰਨੋਂ ਜਣੇ ਕੀ ਲੱਗ ਰਹੇ ਸੀ ਡਰੀਆਂ ਹੋਈਆਂ ਬਿੱਲੀਆਂ ਲੱਗ ਰਹੀਆਂ ਸੀ ਜਸ ਥੈਨ ਮਿਸਸ ਫਿਜ਼ਰੈਲਡ ਕਮਸ ਇਨ ਥੈਨ ਉਸੇ ਟਾਈਮ ਕੀ ਹੁੰਦਾ ਮਿਸਸਿਸ ਫਿਜ਼ਰੈਲਡ ਆ ਜਾਂਦੀ ਹੈ ਯਾਨੀ ਕਿ ਜਿਹੜੀ ਕਿ ਅਸਲੀ ਪੀਅਰਸਨ ਹੈ वी नो शी इज इन फैक्ट मिसेस पियर्सन जो पियर्सन सी ठीक है फिज़राल्ड बनी हुई थी जॉर्ज डज नॉट लाइक मिसेस फिज़राल्ड कमिंग एट अ टाइम व्हेन द फैमिली इज इन सच अ बैड शेप जॉर्ज नु फिर गुस्सा आ जाता है कि फिज़राल्ड क्यों आई है ओना दे घर क्योंकि ओना दे घर दी कंडीशन है जेडी बैड शेप दे विच चल रही है ओना दी असलीयत पता चल जाएगी मिसेस पियर्सन एक्चुअली मिसेस फिज़राल्ड कॉल्ड जॉर्ज सेइंग दैट ही शुड बी कर्टियर टुवर्ड्स नेबर्स शी वन सेज दैट शी वुड स्लॅप हर सिली फैट फेस ਜੋ ਮਿਸਿਸ ਪੀਅਰਸਨ ਜੋ ਫਿਜ਼ਰੈਲਡ ਉਹਨਾਂ ਦੇ ਘਰ ਦੇ ਵਿੱਚ ਆਲਰੇਡੀ ਔਰ ਉਹ ਡਾਂਟਦੀ ਹੈ ਜੋਰਜ ਨੂੰ ਕੀ ਕਹਿੰਦੀ ਹੈ ਕਹਿੰਦੀ ਹੈ ਸਾਨੂੰ ਨੇਬਰਸ ਦੇ ਲਈ ਕਾਈਂਡ ਹੋਣਾ ਚਾਹੀਦਾ ਹੈ ਠੀਕ ਹੈ ਕਰਟਿਅਸ ਹੋਣਾ ਚਾਹੀਦਾ ਹੈ ਸ਼ੀ ਵਨ ਸੇਜ਼ ਦੈਟ ਕੈਨ ਹੀ ਉਹ ਇਹ ਵੀ ਕਹਿ ਰਹੀ ਹੈ ਜੋ ਫਿਜ਼ਰੈਲਡ ਹੈ ਪੀਅਰਸਨ ਬਣੀ ਹੋਈ ਹੈ ਕੀ ਕਹਿ ਰਹੀ ਹੈ ਕਿ ਤੇਰੇ ਸਲੀਫ ਫੈਟ ਫੇਸ ਦੇ ਉੱਤੇ ਉਹ ਸਲਾਪ ਲਗਾਏਗੀ The real Mrs Pearson can no longer stand the shabby treatment of her husband and children jo asli Pearson si theek hai bahut hi kind hearted si onu itna zyada shabby treatment si jada apne husband te children na ho reya bardasht nahi ho reya si George Cyril and Doris are asked to leave the room for some time ohna tina nu keha janda hai usse time ke room to bahar jao now Mrs Fitzgerald uses her magic words once again ਫਿਰ ਮਿਸਿਸ ਫਿਜ਼ਰੈਲਡ ਆਪਣੇ ম্যাজিক ওয়ার্ডਸ ਫਿਰ बोलਦੀ ਐ ਐਂਡ ਦ ਟੂ ਲੇਡੀਜ਼ ਰੀਗੇਨ देयर ਪ੍ਰੋਪਰ ਪਰਸਨੈਲਿਟੀਆਂ ਦੋਨੋ ਲੇਡੀਜ਼ ਵਾਪਸ ਆਪਣੀ ਆਪਣੀ ਪਰਸਨੈਲਿਟੀ ਦੇ ਵਿੱਚ ਆ ਜਾਂਦੀਆਂ ਨੇ ਮਿਸਿਸ ਫਿਜ਼ੈਲ ਵਾਰਨਸ ਮਿਸਿਸ ਪੀਅਰਸਨ ਸਿੰਘ ਫਿਰ ਮਿਸਿਸ ਫਿਜ਼ੈਲਡਾ ਜੋ ਅਸਲੀ ਵਾਲੀ ਉਹ ਮਿਸਿਸ ਪੀਅਰਸ ਨੂੰ ਚੇਤਾਵਨੀ ਦਿੰਦੇ ਹੋਏ ਵਾਰਨ ਕਰਦੇ ਹੋਏ ਕੀ ਕਹਿੰਦੀ ਐ ਡੋਨਟ ਗੋ ਸੌਫਟ ਔਨ देम ਅਗੇਨ অর ਐਲਸ ਇਟਸ ਆਲ ਵੇਸਟਡ ਕਹਿੰਦੀ ਇਹਨਾਂ ਦੇ ਲਈ ਤੂੰ ਅੱਗੇ ਤੋਂ ਇੰਨੀ ਜ਼ਿਆਦਾ ਸੌਫਟ ਨਹੀਂ ਹੋਣਾ ਕਿਉਂਕਿ ਸਾਰੇ ਹੀ ਆਪਣੀ ਕੋਸ਼ਿਸ਼ ਕੀਤੀ ਹੋਈ ਵੇਸਟ ਚਲੀ ਜਾਏਗੀ ਨਾਓ ਮਿਸਿਸ ਪੀਅਰਸਨ ਕਾਲਸ ਆਊਟ ਟੂ ਜਾਰਜ ਸਾਇਰਲ ਐਂਡ ਡੋਰਿਸ ਐਂਡ ਆਸਕ ਥੈਮ ਟੂ ਕਮ ਇਨ ਫਿਰ ਕੀ ਹੁੰਦਾ ਮਿਸਿਸ ਪੀਅਰਸਨ ਆ ਜਿਹੜੀ ਜਾਰਜ ਆਪਣੇ ਹਸਬੈਂਡ ਬੇਟਾ ਔਰ ਬੇਟੀ ਉਹਨਾਂ ਨੂੰ ਬੁਲਾਉਂਦੀ ਹੈ ਕੋਲ 올 ਦਾ 3 ਫਾਈਲਿੰ ਤਿੰਨੋਂ ਨੇ ਜੋ ਲਾਈਨ ਦੇ ਵਿੱਚ ਖੜ ਜਾਂਦੇ ਨੇ ਐਂਡ ਲੁੱਕ ਸ਼ੀ ਪਿਛਲੀ ਆਟ ਮਦਰ ਆਪਣੀ ਮਦਰਵਰਸ਼ੀ ਪਿਛਲੀ ਇਕਸ਼ੀਪ ਦਿੱਤਾਨ ਦੇਖੀ ਜਾ ਰਹੇ ਨੇ ਜਾਰਜ ਸੇਜ਼ ਥੈਟ ਹੀ ਹੈਜ਼ ਗਿਵਨ ਅਪ ਹਿਸ ਆਈਡੀਆ ਆਫ ਗੋਇੰਗ ਟੂ ਦਾ ਕਲੱਬ 乔治 ਕੀ ਕਹਿੰਦਾ ਕਿ ਆਪਣਾ ਆਈਡੀਆ ਜਿਹੜਾ ਕਲੱਬ ਜਾਂਦਾ ਉਹ ਛੱਡ ਦੇਗਾ ਡੋਰਸ ਐਂਡ ਸਾਇਰਲ ਆਲਸੋ ਸੇ ਦੈਟ ਦੇ ਆਰ ਨਾਟ ਗੋਇੰਗ ਆਊਟ ਡੋਰਸ ਤੇ ਸਾਇਰਲ ਕੀ ਕਹਿੰਦੇ ਨੇ ਕਿ ਉਹ ਵੀ ਹੁਣ ਬਾਹਰ ਨਹੀਂ ਜਾਇਆ ਕਰਨਗੇ ਦੇ ਅਗਰੀ ਟੂ ਡੂ ਦ ਕੁਕਿੰਗ ਵਾਈਲ ਮਿਸਿਸ ਪੀਅਰਸਨ ਐਂਡ 乔治 ਸਿਟ ਡਾਊਨ ਟੂ ਹੈਵ ਅ ਗੇਮ ਆਫ ਰੂਮੀ ਔਰ ਮਿਸਿਸ ਔਰ ਉਹਦਾ ਬੇਟਾ ਔਰ ਬੇਟੀ ਐਗਰੀ ਹੋ ਜਾਂਦੇ ਨੇ ਕੁਕਿੰਗ ਦੇ ਲਈ ਜਦੋਂ ਉਹ ਦੇ ਮਦਰ ਔਰ ਫਾਦਰ ਦੋਨੋਂ ਬੈਠ ਕੇ ਰੂਮੀ ਗੇਮ ਖੇਡ ਰਹੇ ਹੋਣਗੇ ਡੋਰਸ ਸੇਜ਼ ਫਿਰ ਡੋਰਸ ਕੀ ਕਹਿੰਦਾ ਮਮ ਵੀ ਵਿਲ ਡੂ ਵਟ ਏਵਰ ਯੂ ਸੇ ਕਿ ਮਮ ਅਸੀਂ ਉਹੀ ਕੰਮ ਕਰਾਂਗੇ ਜੋ ਤੁਸੀਂ ਅੱਗੇ ਤੋਂ ਸਾਨੂੰ ਕਿਹਾ ਕਰੋਗੇ ਦਸ ਮਿਸਿਸ ਫਿਜ਼ਰਲਡ ਹੈਲਪਸ ਮਿਸਿਸ ਪੀਅਰਸਨ ਟੂ ਬਿਕਮ ਦਾ ਬੌਸ ਆਫ ਹਰ ਫੈਮਿਲੀ ਇਸੇ ਤਰ੍ਹਾਂ ਮਿਸਿਸ ਫਿਜ਼ਰਲਡ ਹੈ ਜੋ ਉਹਨੇ ਬਹੁਤ ਜ਼ਿਆਦਾ ਹੈਲਪ ਕੀਤੀ ਮਿਸਿਸ ਪੀਅਰਸਨ ਦੀ ਫੈਮਿਲੀ ਦਾ ਫੈਮਿਲੀ ਦੀ ਬੌਸ ਬਣਨ ਦੇ ਲਈ ਮਾਲਕਿਨ ਬਣਨ ਦੇ ਲਈ when she goes goes out the family lovingly clusters round mother ਜਦੋਂ ਫਿਜ਼ਰੈਲਡ ਉਹਨਾਂ ਦੇ ਘਰ ਤੋਂ ਚਲੇ ਜਾਂਦੀ ਹੈ ਸਾਰੇ ਆਪਣੇ ਮਦਰ ਦੇ ਆਲੇ ਦੁਆਲੇ ਖੜੇ ਹੋ ਜਾਂਦੇ ਨੇ ਯਾਨੀ ਕਿ ਉਹਨੂੰ ਹੱਗ ਕਰਦੇ ਹੋਏ ਬਹੁਤ ਹੀ ਜ਼ਿਆਦਾ ਖੁਸ਼ ਹੁੰਦੇ ਨੇ ਔਰ ਹੈਪੀ ਫੈਮਿਲੀ ਬਣ ਜਾਂਦੀ ਹੈ ਔਰ ਇਸੇ ਤਰ੍ਹਾਂ ਬੱਚੋ ਸਾਨੂੰ ਸਭ ਨੂੰ ਵੀ ਆਪਣੇ ਮਦਰਸ ਦੀ ਰਿਸਪੈਕਟ ਕਰਨੀ ਚਾਹੀਦੀ ਹੈ ਠੀਕ ਹੈ ਮਦਰ ਜੀ ਨੇ ਜੋ ਸਾਨੂੰ ਸ਼ੇਪ ਕਰਦੀਆਂ ਨੇ ਸਾਨੂੰ ਬਣਾਉਂਦੀਆਂ ਨੇ ਵਧੀਆ ਸਾਡੇ ਲਈ ਅਰੇਂਜਮੈਂਟਸ ਕਰਦੇ ਨੇ ਠੀਕ ਹੈ ਸਾਨੂੰ ਸਕੂਲ ਪੇਜਦੇ ਨੇ ਖਾਣਾ ਬਣਾਉਂਦੇ ਨੇ ਇਸ ਲਈ ਸਭ ਨੂੰ ਹੀ ਆਪਣੇ ਮਦਰਸ ਦੀ ਰਿਸਪੈਕਟ ਕਰਨੀ ਚਾਹੀਦੀ ਹੈ ਥੈਂਕ ਯੂ ਸੋ ਮੱਚ